ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਪ੍ਰੀਆ ਅਤੇ ਤੁਸੀਂ ਦੇਖ ਰਹੇ ਹੋ ਦਾ TVNRI। ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਕਿ ਸਾਨੂੰ ਪੈਰ ਉਨੇ ਕੁ ਹੀ ਪਸਾਰਨੇ ਚਾਹੀਦੇ ਹਨ ਜਿੰਨੀ ਸਾਡੀ ਚੱਦਰ ਹੋਵੇ। ਪਰ ਕਈ ਲੋਕਾਂ ਦੇ ਸ਼ੌਂਕ ਅਵੱਲੇ ਹੁੰਦੇ ਨੇ। ਹੁਣ ਤੁਸੀਂ ਇਹਨਾਂ ਜਨਾਬ ਨੂੰ ਹੀ ਲੈ ਲਓ ਜਿਨ੍ਹਾਂ ਨੂੰ ਸ਼ੌਂਕ ਸੀ ਕਿ ਉਹ ਆਪਣੀ ਗਰਲਫ੍ਰੈਂਡ ਦਾ ਹਰ ਸ਼ੌਂਕ ਪੂਰਾ ਕਰਨ। ਨਹੀਂ ਸਮਝੇ, ਦੇਖੋ ਹੋਇਆ ਇੰਜ ਕਿ ਅਕਸ਼ੇ ਕੁਮਾਰ ਨਾਂ ਦਾ ਲੜਕਾ ਜਿਸਨੇ ਪਹਿਲਾਂ ਇੱਕ ਗਰਲਫ੍ਰੈਂਡ ਬਣਾਈ, ਫਿਰ ਸੋਚਿਆ ਕਿ ਗਰਲਫ੍ਰੈਂਡ ਨੂੰ ਗੱਡੀ ਦੇ ਵਿੱਚ ਘੁਮਾਇਆ ਜਾਵੇ। ਬਸ ਫਿਰ ਕੀ ਸੀ, ਡਰਾਈਵਰ ਅਕਸ਼ੇ ਆਪਣੇ ਡਾਕਟਰ ਮਾਲਿਕ ਦੀ ਹੀ ਗੱਡੀ ਲੈ ਕੇ ਫਰਾਰ ਹੋ ਗਿਆ। ਪੀੜੀ ਡਾਕਟਰ ਦੇ ਅਨੁਸਾਰ ਦੋਸ਼ੀ ਡਰਾਈਵਰ ਅਕਸ਼ੇ ਰਾਘਵ 6 ਦਸੰਬਰ ਨੂੰ ਗ੍ਰੇਟਰ ਨੋਇਡਾ ਤੋਂ ਨੋਇਡਾ ਦੇ JP ਹਸਪਤਾਲ ਲੈ ਕੇ ਗਿਆ। ਡਾਕਟਰ ਨੇ ਡਰਾਈਵਰ ਨੂੰ ਕਾਰ ਪਾਰਕਿੰਗ ਦੇ ਵਿੱਚ ਖੜੀ ਕਰਨ ਦੇ ਲਈ ਕਿਹਾ। ਉਹ ਉਸ ਤੋਂ ਬਾਅਦ ਚਲਾ ਗਿਆ। ਜਦੋਂ ਸ਼ਾਮ ਨੂੰ 5 ਵਜੇ ਦਫ਼ਤਰ ਦਾ ਸਮਾਂ ਪੂਰਾ ਕਰਕੇ ਵਾਪਸ ਆਇਆ ਤਾਂ ਪਾਰਕਿੰਗ ਦੇ ਵਿੱਚ ਕੋਈ ਗੱਡੀ ਨਹੀਂ ਸੀ। ਡਰਾਈਵਰ ਅਕਸ਼ੇ ਨੂੰ ਫੋਨ ਮਿਲਾਉਣ 'ਤੇ ਡਰਾਈਵਰ ਨੇ ਪੈਸੇ ਦੀ ਮੰਗ ਕੀਤੀ ਅਤੇ ਵਾਪਸ ਨਾ ਆਉਣ ਦਾ ਬਹਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ। ਆਖਿਰ ਕੀ ਹੈ ਪੂਰਾ ਮਾਮਲਾ, ਦੇਖੋ ਇਸ ਰਿਪੋਰਟ ਦੇ ਵਿੱਚ। ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਡਰਾਈਵਰ ਨੇ ਗਰਲਫ੍ਰੈਂਡ ਨੂੰ ਘੁਮਾਉਣ ਦੇ ਲਈ ਡਾਕਟਰ ਮਾਲਿਕ ਦੀ ਕਾਰ ਹੀ ਚੋਰੀ ਕਰ ਲਈ। ਪੀੜੀ ਡਾਕਟਰ ਦੇ ਮੁਤਾਬਕ ਡਰਾਈਵਰ ਅਕਸ਼ੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਕਾਰ ਪਾਰਕਿੰਗ ਦੇ ਵਿੱਚ ਖੜੀ ਕਰਨ ਚਲਾ ਗਿਆ। ਪਰ ਜਦੋਂ ਸ਼ਾਮ 5 ਵਜੇ ਉਹ ਆਫਿਸ ਖਤਮ ਕਰਕੇ ਆਏ ਤਾਂ ਕਾਰ ਪਾਰਕਿੰਗ ਦੇ ਵਿੱਚ ਨਹੀਂ ਸੀ। ਉਹਨਾਂ ਨੇ ਡਰਾਈਵਰ ਨੂੰ ਫੋਨ ਲਗਾਇਆ। ਡਰਾਈਵਰ ਅਕਸ਼ੇ ਨੇ ਫੋਨ ਤੇ ਕੁਝ ਪੈਸੇ ਮੰਗੇ ਅਤੇ ਵਾਪਸ ਨਾ ਆਉਣ ਦੇ ਬਹਾਨੇ ਬਣਾਉਣ ਲੱਗਾ। ਥੋੜੀ ਦੇਰ ਬਾਅਦ ਹੀ ਉਸਨੇ ਆਪਣਾ ਮੋਬਾਈਲ ਫੋਨ ਵੀ ਆਫ ਕਰ ਲਿਆ, ਜਿਸ ਤੋਂ ਬਾਅਦ ਡਾਕਟਰ ਮਨੀਸ਼ ਨੇ ਪ੍ਰਮੋਦ ਕੁਮਾਰ ਕਾਰ ਡਰਾਈਵਰ ਪ੍ਰੋਵਾਈਡਰ ਸਰਵਿਸ ਨੂੰ ਕਾਲ ਕੀਤਾ, ਲੇਕਿਨ ਉਹਨਾਂ ਦੇ ਵੱਲੋਂ ਵੀ ਅਕਸ਼ੇ ਦੇ ਬਾਰੇ ਕੋਈ ਵੀ ਪਤਾ ਨਾ ਲੱਗ ਸਕਿਆ। ਦੱਸ ਦਈਏ ਕਿ ਡਾਕਟਰ ਨੇ 5 ਦਸੰਬਰ ਨੂੰ ਹੀ ਜਸਟ ਡਾਇਲ ਦੇ ਨੰਬਰ ਤੋਂ ਇੱਕ ਪ੍ਰਮੋਦ ਕੁਮਾਰ ਕਾਰ ਡਰਾਈਵਰ ਪ੍ਰੋਵਾਈਡਰ ਸਰਵਿਸ ਤੋਂ ਸੰਪਰਕ ਕੀਤਾ, ਜਿਸ ਤੋਂ ਬਾਅਦ ਕੰਪਨੀ ਨੇ ਅਕਸ਼ੇ ਕੁਮਾਰ ਰਾਘਵ ਨਾਮ ਦੇ ਇਸ ਡਰਾਈਵਰ ਨੂੰ ਉਹਨਾਂ ਦੇ ਕੋਲ ਭੇਜਿਆ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਪੁਲਿਸ ਚੈਕਿੰਗ ਦੇ ਦੌਰਾਨ ਅਕਸ਼ੇ ਫੜਿਆ ਗਿਆ। ਪੁਲਿਸ ਨੂੰ ਪਹਿਲਾਂ ਹੀ ਆਰੋਪੀ ਦੇ ਬਾਰੇ ਦੇ ਵਿੱਚ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵਾਹਨ ਦੀ ਚੈਕਿੰਗ ਕਰ ਰਹੀ ਸੀ। ਪੁਲਿਸ ਨੇ ਜਦੋਂ ਆਰੋਪੀ ਡਰਾਈਵਰ ਨੂੰ ਫੜਿਆ ਤਾਂ ਉਸਨੇ ਆਪਣਾ ਜੁਰਮ ਮੰਨ ਲਿਆ ਹੈ। ਡਰਾਈਵਰ ਨੇ ਦੱਸਿਆ ਕਿ ਉਸਨੇ ਆਪਣੀ ਨਸ਼ੇ ਦੀ ਲੱਤ ਅਤੇ ਗਰਲਫ੍ਰੈਂਡ ਦੇ ਸ਼ੌਂਕ ਪੂਰਾ ਕਰਨ ਦੇ ਲਈ ਇਹ ਗੱਡੀ ਚੋਰੀ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।